जनाब इस वक्त पंजाबी जैसा गल करने पंजाबी ना है अपनी पोठवारी विच जनाब शायद सदीक साहब एग्रीकल्चर अफिसर पिंडी डिस्ट्रिक्ट और खालिद जमील साहब डिस्ट्रिक्ट अफिसर खालिद साहब डिप्टी डीओ कोटली सतियां जनाब जाफर साहब डिप्टी डीओ तहसील कोटा अफिसर और अमीर साहब फील्ड अफिसर। अच्छा सर तुसा तशरीफ लाए इत्थे बटाला फार्मर फील्ड ट्रेनिंग सेंटर बटाला विच ते के तसरात ने तुसा ने किस तरह मैं बहुत मुतासर होया और मैं फार्मर खासकर मैं इन बुजुर्गों को देख के हैरान होगा कि इन्होंने को कितनी टेक्नोलॉजी है और मैं बड़ा मुतासर होया और जो तसरात मैंने दसे ने और जो प्रॉब्लम दसे ने इंशाल्लाह हल भी करावांगे जी जी। मिले और मैं देखा कि जिमीदार बड़ी दिलचस्पी ला रहे और काफी हद तक जी टेक्नोलॉजी दस करते अमल कर रहे जी। ਇਹ ਸਰ ਤੁਸੀਂ ਇਹਦਾ ਇਹਨਾਂ ਵਾਸਤੇ ਕੀ ਕਰ ਰਹੇ ਹੋ ਇਹਦਾ ਇਹਨਾਂ ਨੇ ਜੋ ਕੁਝ ਵੀ ਸਿਸਟਮ ਇਹਨਾਂ ਦਾ ਜੋ ਸਿਸਟਮ ਚੱਲ ਰਿਹਾ ਤੇ ਤੁਸਾਂ ਦੇ ਤਸਰਾਤ ਜਿਹੜੇ ਨੇ ਉਹ ਬਿਹਤਰ ਕਰਕੇ ਬਿਹਤਰ ਸਾਬਤ ਕਰ ਰਹੇ ਇਹਦਾ ਇਹਨਾਂ ਕੀ ਕੁਝ ਮਜ਼ੀਦ ਇਸ ਤੋਂ ਬਾਅਦ ਤੁਸਾਂ ਅੱਗੇ ਕੀ ਪ੍ਰੋਗਰਾਮ ਹੈ ਕੀ ਕਰ ਰਹੇ ਹੋ ਇਹਨਾਂ ਨੂੰ ਇਨਸ਼ਾਅੱਲਾ ਨੂੰ ਅਸੀਂ ਐਗਰੀਕਲਚਰ ਮਸ਼ੀਨਰੀ ਜਿਹੜੀ ਉਹ ਸਬਸਿਡੀ ਸਕੀਮ ਤੇ ਗਵਰਨਮੈਂਟ ਆਫ ਪੰਜਾਬ ਦੇ ਰਹੀ ਹੈ ਠੀਕ ਹੈ ਨਾ ਹਾਂ ਇਸ ਤੋਂ ਇਲਾਵਾ ਗਵਰਨਮੈਂਟ ਵਜ਼ੀਰਾਲਾ ਸਾਹਿਬ ਨੇ ਇੱਕ ਸਕੀਮ ਚਲਾਈ ਗ੍ਰੀਨ ਟਰੈਕਟਰ ਦੀ ਜੀ ਜੀ ਹਾਂ ਉਹਦੇ ਤੇ ਵੀ ਜਿਹੜੀ ਗਵਰਨਮੈਂਟ ਆਫ ਪੰਜਾਬ ਹੈ ਵਜ਼ੀਰਿਆਲ ਸਾਹਿਬ ਉਹ ਇਹਨਾਂ ਨੂੰ 2 ਲੱਖ ਰੁਪਏ ਦੇ ਰਹੇ ਨੇ ਔਰ 25 ਜਨਵਰੀ ਜਿਹੜੀ ਹੈ ਨਾ ਉਹ ਲਾਸਟ ਡੇਟ 24 ਜਨਵਰੀ ਜੀ ਜੀ ਲਾਸਟ ਤਾਰੀਖ ਹੈ ਇਹਦੀ ਐਪਲੀਕੇਸ਼ਨ ਦੇਣ ਦੀ ਔਰ ਮੈਂ ਇਹ ਵੀ ਕਹਾਂਗਾ ਜ਼ਿਮੀਦਾਰ ਨੂੰ ਕਿ ਇਹ ਇਹਦੇ ਤੋਂ ਵੀ ਮੁਸਤਫੀਦ ਹੋਣ ਔਰ ਅਪਲਾਈ ਕਰ ਉਸਨੇ ਵਾਸਤੇ ਕਿੰਨੀ ਜ਼ਮੀਨ ਚਾਹੀਦੀ ਹੁੰਦੀ ਉਸ ਹਾਂ ਉਹ ਘੱਟ ਤੋਂ ਘੱਟ 5 ਏਕੜ ਚਾਹੀਦੀ ਹੈ ਔਰ ਜ਼ਿਆਦਾ ਜ਼ਿਆਦਾ 25 ਏਕੜ 50 ਏਕੜ ਔਰ 25 ਏਕੜ ਇਸ ਤੋਂ ਇਲਾਵਾ ਇਹਨਾਂ ਛੋਟੀਆਂ ਜ਼ਿੰਮੇਦਾਰਾਂ ਤੇ ਹੋਰ ਕੀ ਬੈਨੀਫਿਟ ਨੇ ਮਤਲਬ ਕਿ ਇਹ ਮਹਿਕਮਾ ਐਗਰੀਕਲਚਰ ਜੀ ਆਪ ਮਹਿਕਮਾ ਜੀ ਵੱਖ-ਵੱਖ ਸਕੀਮਾਂ ਜਾਰੀ ਕਰਦਾ ਰਹਿੰਦਾ ਔਰ ਨੈਕਸਟ ਜੋ ਹੈ ਮੇਰਾ ਖਿਆਲ ਹੈ ਕਿ ਇੱਕ ਟਨਲ ਤੋਂ ਇਲਾਵਾ ਇੰਪਲੀਮੈਂਟ ਸਬਸਿਡੀ ਸਕੀਮਾਂ ਚੱਲ ਰਹੀਆਂ ਨੇ ਜਿਹੜੇ ਉਜ਼ਾਰ ਇਹਨਾਂ ਨੂੰ ਮਤਲਬ ਜ਼ਰੀ ਮਸ਼ੀਨਰੀ ਅੱਧੀ ਕੀਮਤ ਦਿੱਤੀ ਜਾਂਦੀ ਹੈ ਉਸ ਤੋਂ ਇਲਾਵਾ ਜਿਹੜਾ ਨਾ ਇਹਨਾਂ ਨੂੰ ਵਾਟਰ ਮੈਨੇਜਮੈਂਟ ਮਤਲਬ ਇਹਨਾਂ ਨੂੰ ਇੰਜਨ ਵਗੈਰਾ ਜਿਹੜੇ ਜ਼ਿੰਮੇਦਾਰ ਨੂੰ ਅਸੀਂ ਮੁਹੱਈਆ ਕਰਾਂਗੇ ਜੀ। ठीक है जनाब बहुत बहुत शुक्रिया जनाब बहुत मेहरबानी बहुत शुक्रिया जनाब तुसा कुछ अर्ज कर सो। मैं ये देखा जी कि महकमा जरा चीजा सू दे रहा महकमा जरा जिम्मेदारा जी उस तो लोग फायदा भी उठा रहे ने ते इस टेक्नोलॉजी का मैं देखा कि इहदा काफी असर भी है लोगों को इंटरेस्ट की वजह नाल ये मेरा ख्याल है अगले 2-4 साल ਇਹ ਸਾਡੀ ਟਨਲ ਟੈਕਨੋਲੋਜੀ ਤੋਂ ਸਾਡਾ ਕਹੂਤਾ ਜਾਂ ਜਿਹੜੇ ਵੀ ਜਿਸ ਇਲਾਕੇ 'ਚ ਲੱਗ ਰਹੀਆਂ ਨੇ ਉਸ ਤੋਂ ਇਸ ਲੋਕ ਇਲਾਕੇ ਦੀ ਸ਼ੋਰਟੇਜ ਖਤਮ ਹੋ ਜਾਏਗੀ ਸਬਜ਼ੀਆਂ ਦੀ ਅਗਰ ਸਬਜ਼ੀਆਂ ਦੀ ਅਸੀਂ ਸ਼ੋਰਟੇਜ ਆਪਣੇ ਇਲਾਕੇ ਦੀ ਪੂਰੀ ਕਰ ਲਈਏ ਤੇ ਇਸ ਤੋਂ ਵੱਧ ਕੇ ਸਾਡੇ ਇਲਾਕੇ ਦੀ ਹੋਰ ਕੋਈ ਅਸੀਂ ਸਾਡੀ ਕੰਮ ਨਹੀਂ ਕਰਦੇ। ਮਾਸ਼ਾ ਅੱਲਾਹ ਥੈਂਕ ਯੂ ਬਹੁਤ ਸ਼ੁਕਰੀਆ ਜੀ। ਜੀ ਸਰ ਦੇਖੋ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੇ ਜਿਹੜੇ ਫਾਰਮਰਸ ਹਨ ਉਹਨਾਂ ਤੋਂ ਇਹ ਸਾਰੀ ਟੈਕਨੋਲੋਜੀ ਪ੍ਰੋਵਾਈਡ ਕਰੀਏ ਅਤੇ ਮੈਂ ਮਹਿਸੂਸ ਕੀਤਾ ਕਿ ਇਸ ਫਾਰਮਰਸ ਕਾਫੀ ਇੰਟਰਸਟ ਲੈ ਰਹੇ ਨੇ ਇਸ ਟੈਕਨੋਲੋਜੀ ਤੋਂ ਜੀ ਜੀ ਅਤੇ ਜਿਤਨਾ ਜ਼ਿਆਦਾ ਇਹ ਇਸ ਤੋਂ ਫਾਇਦਾ ਬੈਨੀਫਿਟ ਉਠਾਉਣਗੇ ਇਤਨਾ ਜ਼ਿਆਦਾ ਇਹ ਅੱਗੇ ਪ੍ਰੋਡਕਸ਼ਨ ਜਿਹੜੀ ਹੈ ਵੈਜੀਟੇਬਲ ਦੀ ਇਥੋਂ ਕਮੀ ਜਿਹੜੀ ਸ਼ਾਰਟੇਜ ਉਹ ਪੂਰੀ ਹੋ ਸਕਦੀ। ਜ਼ਿਮੀਦਾਰ ਬੜਾ ਮੁਤਮੈਨ ਹੈ ਉਹ ਦੇਖੋ ਅਸੀਂ ਟਮਾਟੋ ਲੱਗੇ ਨੇ ਉਹ ਜ਼ਿਮੀਦਾਰ ਨੂੰ ਕਹਿ ਰਿਹਾ ਕਿ ਮੈਂ ਇੱਥੇ ਕੰਪਿਊਟਰ ਦੀ ਸਬਜ਼ੀ ਨਹੀਂ ਪੂਰੀ ਕਰ ਸਕਦਾ ਜੀ ਜੀ 200 ਮਣ ਤਕਰੀਬਨ ਉਹਨੇ ਚੀਲ ਜਿਹੜੀ ਹੈ ਉਤਰ ਜਾਂਦੀ ਹੈ ਜੀ। ਸਰ ਤੁਸੀਂ ਸਭ ਤੁਸੀਂ ਨਾ ਸਿਰਫ ਗਵਰਨਮੈਂਟ ਜਿਹੜਾ ਹੈ ਨਾ ਇਹ ਟਨਲ ਟੈਕਨੋਲੋਜੀ ਵਾਸਤੇ ਕੋਈ ਰੁਪਏ ਪੈਸੇ ਜਾਂ ਸਬਸਿਡਾਈਜ਼ਡ ਰੇਟ ਤੇ ਟਨਲ ਪ੍ਰੋਵਾਈਡ ਕਰ ਰਹੀ ਹੈ ਬਲਕਿ ਜ਼ਿਮੀਦਾਰਾਂ ਨੂੰ ਗੰਦਮ ਦੀ ਬਿਹਤਰ ਪੈਦਾਵਾਰ ਵਾਸਤੇ ਇਸ ਸਾਲ ਬਲਕਿ ਪਿਛਲੇ ਸਾਲ ਤੋਂ ਗਵਰਨਮੈਂਟ ਜਿਹੜਾ ਹੈ ਇਹ ਐਗਰੀਕਲਚਰ ਇੰਪਲੀਮੈਂਟਸ ਦੇ ਰਹੀ ਹੈ ਹਾਫ ਰੇਟ ਤੇ। ਉਹਦੇ ਵਿੱਚ ਇਹ ਹੈ ਕਿ ਜਿਹੜੀ ਸਾਡੇ ਕੋਲ ਮਤਲਬ ਮਸ਼ੀਨਰੀ ਹੈ ਉਹਦੇ ਵਿੱਚ ਰਬੀ ਡਰਿੱਲ ਔਰ ਬੈਂਡ ਪਲੇਸਮੈਂਟ ਡਰਿੱਲ ਜਿਹੜੀ ਖਾਦ ਅਤੇ ਬੀਜ ਦੋਨੋਂ ਐਟ ਏ ਟਾਈਮ ਰਾਏ ਜਾਂਦੇ ਨੇ ਜਿਹਦੇ ਨਾਲ ਔਰ ਸਪਰੇ ਮਸ਼ੀਨ ਜਿਹੜੀ ਹੈ 3500 ਰੁਪਏ ਦੀ ਸਪਰੇ ਮਸ਼ੀਨ ਹੈ ਜਿਹੜੀ ਹਾਫ ਰੇਟ 'ਤੇ 1750 ਰੁਪਏ ਦੀ ਗੌਰਮੈਂਟ ਪ੍ਰੋਵਾਈਡ ਕਰ ਰਹੀ ਹੈ। ਇਸੇ ਤਰ੍ਹਾਂ ਜਿਹੜੀ ਬੈਂਡ ਪਲੇਸਮੈਂਟ ਡਰਿੱਲ 70,000 ਰੁਪਏ ਉਹਦੀ ਐਕਚੁਅਲ ਪ੍ਰਾਈਸ ਹੈ ਔਰ ਗੌਰਮੈਂਟ 35,000 ਰੁਪਏ ਫਾਰਮਰ ਪੇ ਕਰਦਾ ਔਰ 35,000 ਗੌਰਮੈਂਟ ਦੇ ਦਿੰਦੀ ਹੈ। ਔਰ ਇਸੇ ਤਰ੍ਹਾਂ ਰਬੀ ਡਰਿੱਲ ਜਿਹੜੀ ਹੈ ਜਿਹਦੇ ਨਾਲ ਸਿਰਫ ਤੁਸੀਂ ਗੰਦਮ ਵਰਾ ਸਕਦੇ ਹੋ ਉਹਦੀ ਐਕਚੁਅਲ ਪ੍ਰਾਈਸ 35,000 ਹੈ 1750 ਗੌਰਮੈਂਟ ਦੇ ਰਹੀ ਹੈ ਔਰ 1750 ਫਾਰਮਰ ਪੇ ਕਰਦਾ।
और जिम्मेदारों को मैं इल्तमास करांगा कि ना सिर्फ टनल टेक्नोलॉजी तो फायदा उठाने बल्कि जो इंप्लीमेंट्स है ने और मशीनरी है इस तो भी फायदा उठाने और ये क्योंकि तुम्हें पता है कि खिता पोठवार या बारानी इलाके सिर्फ और सिर्फ गंदम ही एक पूरे साल की एक फसल है जो जिम्मेदार मतलब मेन क्रॉप के लगा तो उसकी पैदावार बढ़ाने लिए गवर्नमेंट ने एक अच्छा इकदाम लिया इंप्लीमेंट्स प्रोवाइड किए ने और स्प्रे जड़ी बूटियों के खात्मे वास्ते जो है स्प्रे मशीन प्रोवाइड की है तो जिम्मेदारों को चाहिए कि उसको भी फायदा उठा और दूसरा है कि ग्रीन ट्रैक्टर का जिस तरह डीओ साहब ने दस्या है कि ग्रीन ट्रैक्टर जिहड़ा है 4 लाख वाला ग्रीन ट्रैक्टर जिहड़ा है तुहानू 2 लाख च गवर्नमेंट जिहड़ा ना दे रही है 2 लाख रुपए गवर्नमेंट पे करेगी एक बहुत बड़ा वजीर आला जनाब मियां शहबाज शरीफ साहब का एक बहुत ही बड़ा इकदाम है इस तो तुसी फायदा उठाओ और इस तरह तुहाडा जिहड़ा है ना खिता पठवार दे विच वी खुशहाली मंगदे हां। सर तहसील चो तुसा के सजेस्ट किया स्कूली के पोजीशन है तहसील इस किस्म ने कितने स्कूल है या इस स्कूल उस हवाले नाल कुछ मुआवजा चूंकि ये फ्रूट वेजिटेबल का प्रोजेक्ट है तादाद से मैं तुहानू सही एग्जैक्ट नहीं दस सकता लेकिन यह है कि उन्होंने भी ये प्रोजेक्ट चलाया है 2-3 साल जो प्रोजेक्ट चलिया अच्छा काम होया हूँ उन्होंने ये चीज जी है चूंकि ये प्रोजेक्ट जून खत्म हो रहा है और ये चीज जी है तो सीधे मतलब रेफरेंस दे रहे हैं तो जिस तरह तुम मतलब उन्होंने को स्टाफ थोड़ा मतलब आके तो जोड़ा है वो मुस्तफीद करता सी फार्मर एजुकेशन देता सी इस तरह साडा स्टाफ ही इंशाला गाहे बगाहे चक्कर लगाया करेगा और टनल के बारे जो हदायत फराम करेगा। जी जी बहुत शुक्रिया जनाब। जनाब ये दो टनल जी दो किस्म की है एक वॉकिंग टनल है एक लो टनल है वाकन टनल है जी 3 लाख रुपये लगता है जी अद्धा गवर्नमेंट पे कर दी है 1,60,000 गवर्नमेंट पे कर दी है और इस तरह जी लो टनल है और 1,20,000 कितनी बन दी है 60,000 गवर्नमेंट दे रही 60,000 जिम्मेदार जो अच्छा माशाल्लाह बहुत शुक्रिया जनाब शहद सदीकी साहब जनाब खालिद साहब जनाब खालिद डिप्टी डीओ साहब कोटली सतियां जनाब जाफर साहब जनाब अमीर साहब फील्ड ऑफिसर बहुत शुक्रिया।